ਸੀਨੀਅਰ ਪੁਲਿਸ ਕਪਤਾਨ ਮੁਗਾ ਦੇ ਦਿਸ਼ਾ ਨਿਰਦੇਸ਼ਾਂ ਦੇ ਚੱਲਦੇ ਬਾਕਾ ਪ੍ਰਾਣਾ ਪੁਲਿਸ ਨੇ ਚੋਰੀ ਲੁੱਟ ਮਾਰਦੀਆਂ ਕਟੜਾਂਵਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦੇ ਚੱਲਦੇ ਬਾਕਾ ਪ੍ਰਾਣਾ ਪੁਲਿਸ ਨੇ ਵਕ ਵਕ ਮਾਮਲਿਆਂ ਦੇ ਵਿੱਚ 10 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜੋ ਕਿ ਪੰਜਾਬ ਦੇ ਵਕ ਵਕ ਥਾਣਿਆਂ ਦੇ ਵਿੱਚ ਪਹਿਲਾਂ ਤੋਂ سنگੀਨ ਜੁਰਮਾਂ ਦੇ ਅਧੀਨ ਨਾਮਜਦ ਨੇ ਪੁਲਿਸ ਨੇ ਇਹਨਾਂ ਦੋਸ਼ੀਆਂ ਦੇ ਕੋਲੋਂ ਇੱਕ ਖਿਡੌਣਾ ਪਿਸਤੌਲ ਅਤੇ ਗੰਡਾਸੇ ਤੋਂ ਇਲਾਵਾ ਹੋਰ ਵੀ ਹਥਿਆਰ ਬਰਾਮਦ ਕੀਤੇ ਨੇ ਮਗਰ ਪ੍ਰਾਂਤ ਦੇ ਡੀਐਸਪੀ ਤੇਹਰਾ ਨੇ ਦੱਸਿਆ ਕਿ ਲੁੱਟ ਮਾਰਦੀਆਂ ਘਟਨਾਵਾਂ ਦੀ ਪਲਾਨਿੰਗ ਕਰ ਰਹੇ ਇੱਕ ਗੈਂਗ ਨੂੰ ਪੁਲਿਸ ਨੇ ਫੜ ਕੇ 7 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਉੱਥੇ ਹੀ ਇੱਕ ਨਾਬਾਲਗ ਲੜਕੀ ਦੇ ਘਰ ਦੇ ਵਿੱਚ ਦਾਖਲ ਹੋ ਕੇ ਗਲਤ ਹਰਕਤਾਂ ਕਰਨ ਵਾਲਾ ਇੱਕ ਦੋਸ਼ੀ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਸ ਤੋਂ ਲਾਹਾਂ 9 ਸਾਲ ਦੇ ਇੱਕ ਬੱਚੇ ਦੇ ਨਾਲ ਕੋ ਕਰਮ ਕਰਨ ਵਾਲਾ ਦੋਸ਼ੀ ਵੀ ਬਗਾਪਰਾਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਉੱਥੇ ਹੀ ਬਗਾਪਰਾਣਾ ਦੇ ਡੀਐਸਪੀ ਨੇ ਦੱਸਿਆ ਕਿ ਇੱਕ ਵਿਅਕਤੀ ਤੋਂ 100 ਲੀਟਰ ਦੇ ਕਰੀਬ ਲਾਹਣ ਫੜਿਆ ਗਿਆ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਗਸੇਵ ਕੁਆ ਪੀਵੀ ਲਈ ਬਿਊਰੋ ਰਿਪੋਰਟ ਬਗਾਪਰਾਣਾ ਵੱਲੋਂ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਕੀ ਹੈ ਮੈਟਰ ਸਾਰਾ ਸਾਰਾ ਐਸਰਪੀ ਸਾ ਮੋਗਾ ਸ੍ਰੀ ਹਰਮਨਦੀਪ ਸਿੰਘ ਗਿੱਲ ਦੀ ਦਿਸ਼ਾ ਨਿਰਦੇਸ਼ ਹੇਠ ਜਿਹੜੀ ਆ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਮੋਕਾਫਰ ਖਾਣਾ ਬਾਗਾ ਪੁਰਾਣਾ ਨੇ ਮਤਲਬ 7 ਬੰਦੇ ਨੂੰ ਬਾਗਾ ਪੁਰਾਣਾ ਤੇ ਏਰੀਆ ਚ ਕੋਹਲੀਆ ਕਲਾਂ ਦੇ ਪੱਠੇ ਤੋਂ ਮਤਲਬ ਇੱਕ ਪਲਾਨਿੰਗ ਕਰਦੇ ਹੋਏ ਗੈਂਗ ਨੂੰ ਅਰੈਸਟ ਕੀਤਾ ਵਾ ਜਿਹਦੇ ਵਿੱਚ ਅੰਡਰਸੈਕਸ਼ਨ 369 402 ਦੀ ਮਕਦਮਾ ਦਰਜ ਕੀਤਾ ਜਿਹਦੇ ਵਿੱਚ 7 ਬੰਦੇ ਮੁਕੱਦਮੇ ਅਰੈਸਟ ਕੀਤੇ ਜਿਨ੍ਹਾਂ ਦੇ ਕੋਲੋਂ ਦਾ ਗੰਡਾਸੇ ਤੇ ਹੋਰ ਵੈਪਨ ਬਰਾਮ ਘਿਤੇ ਆ ਜਿਨ੍ਹਾਂ ਬਾਅਦ ਗ੍ਰਫਤਾਰੀ ਦੱਸਿਆ ਵੀ ਉਹਨਾਂ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈਗਾ ਜਿਹਦੇ ਵਿੱਚ ਅੱਜ ਪੰਜਾਬ ਪੁਲਿਸ ਨੇ ਇਹਨੂੰ ਅਰੈਸਟ ਕਰਕੇ ਤੋਂ ਪੇਸ਼ ਕੀਤਾ ਕੋਰ ਦੇ ਵਿੱਚ ਤੇ ਉਹਦਾ ਰਮਾਨ ਲੈ ਕੇ ਹੋਰ ਵੱਡੀ ਬਰਾਮਗੀ ਹੋਣ ਦੀ ਉਮੀਦ ਹੈਗੇ ਨੇ ਜਿਹਦੇ ਵਿੱਚ ਜਿਹੜੇ ਬੰਦੇ ਹੈਗੇ ਮੇਨ ਮੇਨ ਗਗਨਦੀਪ ਸਿੰਘ ਗੰਗਦਾ ਇਸ ਲਈ ਇਸ ਬੋਨਾ ਤੇ ਦੂਜਾ ਜਿਹੜਾ ਹੈਗਾ ਉਸ ਦਾ ਭਰਾ ਗੁਰਚੰਦ ਸਿੰਘ ਚਰਨਾ ਜਿਹੜਾ ਕਿ ਪਹਿਲੋਂ ਹੀ ਭਦੌੜ ਦੇ ਭਦੌੜ ਜ਼ਿਲ੍ਹਾ ਬਰਨਾਲਾ ਵਿੱਚ ਪੀਓ ਹੈਗਾ 2014 ਵਿੱਚ ਅਕਸਾਈ ਅਕਰ ਦੇ ਵਿੱਚ ਇਸ ਦੇ ਨਾਲ ਸੁਖਿੰਦਰ ਸਿੰਘ ਸੋਮਾ ਤੇ ਰਿੱਪੀ ਅਲੀ ਸੱਡਾ ਤੇ ਨੁਗਿੰਦਰ ਸਿੰਘ ਗੋਰੀ ਤੇ ਸਤਨਾਮ ਸਿੰਘ ਕਾਲਾ ਇਹ ਨਾਲ ਸਾਥੀ ਸੀਗੇ ਇਸ ਦੇ ਨਾਲ ਰঞ্জੀਤ ਸਿੰਘ 나ਗ ਇਹ ਬੰਦੇ 7 ਬੰਦੇ ਅਰੈਸਟ ਕੀਤੇ ਨੇ ਇਸ ਤੋਂ ਇਲਾਵਾ ਮੌਕੇ ਦੇ ਤੋਂ ਤਿੰਨ ਬੰਦੇ ਜਿਹੜੇ ਮੌਕੇ ਤੋਂ ਫਰਾਰ ਹੋਏ ਨੇ ਜਿਹੜੇ ਸੁਖਰਾ ਸਿੰਘ ਐਲਿਸ ਡਾਕਟਰ ਰਾਜ ਅਰਸ਼ਦੀਪ ਅਰਸ਼ੂ ਤੇ ਗੋਗਾ ਵਾਸੀ ਕੋਲੀਆਂ ਜਿਹੜੇ ਕੀ ਇਹ ਵਾਰਤਰ ਨਾਲ ਅਨਜਾਨਦੇ ਸੀ ਇਹ ਮੌਕੇ ਤੋਂ ਫਰਾਰ ਹੋ ਗਏ ਨੇ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਸਰ ਅੱਜ ਤੁਹਾਡੇ ਵੱਲੋਂ ਜਿਹੜੀ ਇੱਕ 100 ਲੀਟਰ ਦੇ 3 ਬਲਣ ਨੂੰ ਫੜੀ ਗਈ ਹੈ ਉਹਦੇ ਬਾਰੇ ਜਿਹੜੀ ਲਾਹਨ ਫੜੀ ਗਈ ਆ ਉਹਦੇ ਬਾਰੇ ਜਿਹੜਾ ਮੁਕੱਦਮਾ ਦਰਜ ਕਰਕੇ ਫੁੱਲੇਵਾਲ ਦੇ ਵਿੱਚ ਐਫ ਆਈ ਆ ਨੰਬਰ 27 ਡੇਟਡ 2 3 2021 ਬੋਰਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਬਰਾਮਗੀ ਕੀਤੀ ਗਈ ਇਸ ਦੇ ਨਾਲ ਹੀ ਜਿਹੜਾ ਮੁਕੱਦਮਾ ਨੰਬਰ 26 ਅੰਡਰ ਸੈਕਸ਼ਨ 353 ਆਈਪੀਸੀ ਪੌਕਸ ਐਕਟ ਦੇ ਵਿੱਚ ਜਿਹੜਾ ਸੀ ਇੱਕ ਲੜਕੀ ਨੂੰ ਕੋਈ ਬੰਦਾ ਜਿਹੜਾ ਬਿਨਾਂ ਵਜ੍ਹਾ ਤੰਗ ਪ੍ਰੇਸ਼ਣ ਕਰਦਾ ਸੀ ਉਹਨੂੰ ਥ੍ਰੈਟ ਕਰਦਾ ਸੀ ਉਹਨੂੰ ਵੀ ਐਫਐਸ ਦਰਜ ਕਰਕੇ ਯਾਦਵ ਸਿੰਘ ਯਾਦੂ ਵਾਸੀ ਕੋਲੀ ਅੰਗਲਾ ਉਹਨੂੰ ਅਰੈਸਟ ਕੀਤਾ ਗਿਆ ਇਸ ਦੇ ਨਾਲ ਹੀ ਇੱਕ 377 ਆਈਪੀਸੀ ਦਾ ਮੁਕੱਦਮਾ ਜਿਹੜਾ 9 ਸਾਲ ਦੇ ਬੱਚੇ ਨਾਲ ਗਰਮ ਕਰਦਾ ਸੀਗਾ ਸਮਾਲਸਰ ਥਾਣੇ ਨੂੰ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜਿਹਨੂੰ ਪੇਸ਼ਦਾਲ ਕੀਤਾ ਜਾ ਰਿਹਾ ਸਰ ਇੰਨੀ ਵੱਡੀ ਜਿਹੜੀ ਕਾਮਯਾਬੀ ਮਿਲੀ ਹੈ ਬਾਕੀ ਪੁਰਾਣਾ ਪੁਲਿਸ ਨੂੰ ਕਿਸ ਨੂੰ ਸੇਰਾ ਜਾਂਦਾ ਏ ਇਸ ਬਾਰੇ ਐਸਐਸਪੀ ਸਾਹਿਬ ਨੂੰ ਸੇਰਾ ਜਾਂਦਾ ਜਿਹੜੇ ਲਗਾਤਾਰ ਸਾਨੂੰ ਗਾਈਡ ਕਰਦੇ ਨੇ ਤੇ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਨੇ ਤੇ ਲਗਾਤਾਰ ਮਤਲਬ ਉਹਨਾਂ ਦੇ ਦਸ਼ਨ ਦੇਸ਼ੜ ਅਸੀਂ ਇਹ ਕੰਮ ਕਰਦੇ ਹਾਂ